ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਆਪਣੇ ਮਾਲਾ ਬਲੌਗ ਵਿੱਚ। ਅਤੇ ਅੱਜ ਮੈਂ ਵੀਡੀਓ ਜਮ੍ਹਾਂ ਸ਼ਾਮ ਨੂੰ ਸਟਾਰਟ ਕੀਤੀ ਆ। ਆਹ ਮੇਰੇ ਸਾਬਣ ਲੱਗੀ ਪਈ ਹੱਥ ਨੂੰ, ਕਿਉਂਕਿ ਮੈਂ ਕੱਪੜੇ ਆ ਜਿਹੜੇ ਹੱਥੀਂ ਧੋਣੀ ਹੈਗੀ, ਅਤੇ ਹੱਥ ਮੈਂ ਹਜੇ ਚੰਗੀ ਤਰ੍ਹਾਂ ਧੋਤੇ ਹੈਗੇ, ਅਤੇ ਮੈਂ ਵੀਡੀਓ ਚਲਾਉਣ ਲੱਗ ਗਈ। ਮੈਂ ਕਿਹਾ ਦਿਖਾਉਣੀ ਆ ਕੱਪੜੇ ਧੋਲੇ ਆਪਾਂ ਨੇ, ਉਹਦਾ ਨਾ ਕਲਰ ਨਿਕਲਦਾ ਸੀ ਤਾਂ ਕਰਕੇ ਉਹ ਮੈਂ ਨਵੀਂ ਨੂੰ ਫੜਾ ਤਾ, ਮੈਂ ਸੁੱਕਣੇ ਪਾ ਦੇ। ਹਾਂਜੀ, ਕੱਪੜੇ ਆਪਣੇ ਧੋਤੇ ਗਏ ਅਤੇ ਬਸ ਕੱਲੇ ਸੁਕਾਉਣ ਵਾਲੇ ਰਹਿ ਗਏ। ਅਤੇ ਇਹਦੇ ਵਿੱਚ ਨਾ ਚਿੜੀ ਦੇ ਬੱਚੇ ਹੈਗੇ, ਮੈਨੂੰ ਡਰ ਵੀ ਲੱਗਦਾ ਚਿੜੀ ਵੀ ਨਾ ਹੋਵੇ, ਚਿੜੀ ਤਾਂ ਹੈ ਨਹੀਂ ਵੈਸੇ। ਇਹਦੇ ਵਿੱਚ ਦੋ ਛੋਟੇ ਛੋਟੇ ਬੱਚੇ ਹੈਗੇ, ਪਤਾ ਨਹੀਂ ਦਿਸਦੇ ਕਿ ਨਹੀਂ। ਅਤੇ ਨਿੱਕੀ ਜਿਹੀ ਚਿੜੀ ਆਉਂਦੀ ਹਰ ਰੋਜ਼। ਆਹ ਵਾਲੀ ਦਾਲ ਸੀਗੀ ਪਈ, ਅਤੇ ਇਹ ਨਾ ਹੋਰ ਹੀ ਹੋ ਗਈ ਸੀਗੀ ਕਾਲੀ ਜੀ, ਅਤੇ ਫਿਰ ਮੈਂ ਇਹਨੂੰ ਧੋਤਾ ਅਤੇ ਇਹ ਵਧੀਆ ਸਾਫ਼ ਹੋ ਗਈ। ਆਟੇ ਵਾਲੀ ਜਿਹੜੀ ਢੋਲੀ ਸੀ ਉਹ ਵੀ ਧੋ ਕੇ ਮੈਂ ਧੁੱਪ ਲਵਾ ਦਿੱਤੀ ਸੀਗੀ। ਨਵੀਂ ਕਰਦੀ ਹੈ ਸ਼ਾਇਦ ਸਕੂਲ ਦਾ ਕੰਮ, ਅਤੇ ਗ੍ਰੇਸੀ ਇੱਥੇ ਬਾਹਰ 'ਚ ਬੈਠੀ ਦੇਖੀ ਜਾਂਦੀ ਸੀ, ਕਿਉਂਕਿ ਬਾਹਰ ਇਹਨੂੰ ਮੱਖੀਆਂ ਤੰਗ ਕਰਦੀਆਂ ਹੈ ਨਾ, ਹੈ ਨਾ। ਫਿਰ ਇੱਥੇ ਗੇਟ ਦੇ ਸਾਹਮਣੇ ਬਹਿ ਜਾਂਦੀ ਜਮਾਂ, ਸਿਆਣੀ ਬਹੁਤ ਹੈ ਇਹ। ਇੱਧਰ ਨਵੀਂ ਕਰਦੀ ਸੀਗੀ ਸਕੂਲ ਦਾ ਕੰਮ, ਅਤੇ ਕਾਪੀਆਂ ਪਿੱਛੇ ਕਾਹ ਤੋਂ ਲੁਕਾਉਂਦੀਆਂ। ਕੰਮ ਤਾਂ ਸਾਡੇ ਸਾਰੇ ਸੁਬਾਹ ਹੀ ਮੈਂ ਨਿਬੇੜ ਦਿੰਦੀ ਹਾਂ, ਕੁਛ ਆ ਕੇ ਕਰ ਲੈਣੀ ਹੈ, ਝਾੜੂ 'ਤੇ ਪੋਚਾ ਤਾਂ ਮੈਂ ਆ ਕੇ ਲਾਉਂਦੀ ਹੁੰਦੀ ਹਾਂ, ਸਾਫ਼ ਸਫਾਈ ਦਾ ਸਾਰਾ ਮੈਂ ਆ ਕੇ ਕਰਦੀ ਹੁੰਦੀ ਹੈਗੀ। ਅਤੇ ਆਹ ਵਾਲੀ ਤਾਰ ਹੈ ਨਾ ਜਿਹੜੀ, ਇਹ ਵਾਈਫਾਈ ਦੀ ਹੈਗੀ, ਇਨਵੈਟਰ 'ਤੇ ਚਲਾਇਆ ਸੀ ਵਾਈਫਾਈ। ਲਾਈਟਾਂ ਲੂਟਾਂ ਬੰਦ ਕਰਕੇ ਰੱਖਣੀਆਂ ਪੈਂਦੀਆਂ ਹੈਗੀਆਂ, ਆਹ ਵਾਲਾ ਪਲੱਗ ਉਹਦੇ 'ਤੇ ਇਨਵੈਟਰ 'ਤੇ ਤਾਂ ਕਰਕੇ। ਅਤੇ ਸਾਫ਼ ਸਫਾਈ ਤਾਂ ਮੈਂ ਪੂਰੀ ਰੱਖਦੀ ਹਾਂ, ਮੈਂ ਇੱਕ ਕਚਰਾ ਵੀ ਨਹੀਂ ਖਿਲਰਨ ਦਿੰਦੀ ਗੀ। ਜਿਵੇਂ ਤੂੜੀ ਤਾੜੀ ਦਾ ਹੁਣ ਹੈਗਾ ਗਾ, ਤੂੜੀ ਬਣਾਈ ਜਾਂਦੇ ਆ ਲੋਕ ਜਾਂ ਕਿਵੇਂ, ਫਿਰ ਵੀ ਮੈਂ ਹਰ ਰੋਜ਼ ਆਪਦਾ ਜਿਹੜਾ ਰੂਟੀਨ ਵਾਲਾ ਕੰਮ ਹੈ ਉਹ ਹਰ ਰੋਜ਼ ਡੇਲੀ ਕਰ ਦਿੰਦੀ ਹੈਗੀ। ਪਹਿਲਾਂ ਮੈਂ 2 ਵਜੇ ਵੀਡੀਓ ਚਲਾਉਂਦੀ ਸੀਗੀ, ਉਦੋਂ ਮੈਂ ਚਲਾਈ ਨਹੀਂ। ਆਹ ਵਾਲਾ ਦੁੱਧ ਗਰਮ ਕੀਤਾ ਗਾ ਦੁਪਹਿਰੇ ਲੈ ਕੇ ਆਈ ਸੀ, 12 ਵਜੇ ਜਦੋਂ ਆਈ ਸੀ ਆਂਗਣਵਾੜੀ 'ਚੋਂ ਉਦੋਂ ਲੈ ਕੇ ਆਈ ਸੀ। ਅਤੇ ਆਹ ਆਪਣਾ ਹੈਗਾ ਗਾ ਸੰਤਰਿਆਂ ਦਾ ਜਿਹੜਾ ਬਣਾਇਆ ਸੀ ਛਿਲਕਿਆਂ ਦਾ, ਮਤਲਬ ਘਿਓ ਮੇਰਾ ਬਣਾਇਆ ਪਿਆ ਗਾ ਅਤੇ ਭੁੰਨ ਵਾਲਾ ਗਾ, ਫਿਰ ਭੁੰਨੂੰਗੀ। ਬਾਕੀ ਕੰਮ ਸਾਰੇ ਆਪਾਂ ਨੇ ਵਧੀਆ, ਅੱਜ ਇੱਥੋਂ ਸਾਰਾ ਸਮਾਨ ਚੱਕ ਕੇ ਮੈਂ ਸਾਫ਼ ਕੀਤਾ ਸੀ ਦੁਪਹਿਰੇ, 2 ਵਜਣ 'ਚ 10 ਕੁ ਮਿੰਟ ਰਹਿੰਦੇ ਸੀ ਜਦੋਂ ਮੈਂ ਸਾਰੇ ਪੋਚੇ ਲਾ ਕੇ ਸਾਫ਼ ਸਫਾਈ ਕਰਕੇ ਵਿਹਲੀ ਹੋ ਗਈ ਸੀ। ਜਦੋਂ ਮੈਂ ਪੈਣ ਵਾਸਤੇ ਸਿਰਹਾਣਾ ਸਿੱਟਿਆ ਅਤੇ ਮੈਂ ਕਿਹਾ ਚੱਲ ਪੈਂਦੀ ਹਾਂ 10 ਮਿੰਟ, ਅਤੇ ਉਦੋਂ ਨੂੰ ਨਵੀਂ ਦਾ ਟਾਈਮ ਹੋ ਗਿਆ, ਫਿਰ ਮੈਂ ਨਵੀਂ ਨੂੰ ਲਿਆਈ ਅਤੇ ਫਿਰ ਬਸ ਹੋਰ ਕੰਮ ਧੰਦੇ ਕਰਨ ਲੱਗ ਗਏ। ਹਾਂਜੀ, ਕੱਪੜੇ ਆਪਣੇ ਸੁੱਕਣੇ ਪਾ ਤੇ, ਕਿਉਂਕਿ ਧੋਤੇ ਤਾਂ ਬਹੁਤ ਟਾਈਮ ਦੇ ਹੈਗੇ ਅਤੇ ਲਾਈਟ ਹੀ ਨਹੀਂ ਹੈਗੀ ਸੀਗੀ, ਲਾਈਟ ਆ ਗਈ ਸੀਗੀ ਅਤੇ ਹੁਣ ਆਪਾਂ ਨੇ ਪਾ ਕੇ ਸੁੱਕਣੇ 2 ਤਾਰਾਂ। ਰੋਜ਼ ਹੀ ਇੰਨੇ ਕੱਪੜੇ ਹੋ ਜਾਂਦੇ ਆ, ਅਤੇ ਨਾਲੇ ਬੂਟਿਆਂ ਨੂੰ ਪਾਉਣਾ ਗਾ ਪਾਣੀ, ਥੋੜ੍ਹਾ ਥੋੜ੍ਹਾ ਪਾ ਦੇਣਗੇ। ਹਾਂਜੀ, ਥੋੜ੍ਹਾ ਜਿਹਾ ਆਪਾਂ ਨੇ ਦੇਸੀ ਘਿਓ ਪਾ ਲਿਆ, ਤੁਸੀਂ ਉਈ ਵੀ ਭੁੰਨ ਸਕਦੇ ਹੋ, ਬਾਅਦ 'ਚ ਘਿਓ ਪਾ ਸਕਦੇ ਹੋ, ਪਰ ਮੈਂ ਪਹਿਲਾਂ ਹੀ ਪਾ ਲਈ। ਹਾਂਜੀ, 2 ਚਮਚੇ ਆਪਾਂ ਨੇ ਪਾ ਲਏ ਸੀਗੇ ਦੇਸੀ ਘਿਓ ਦੇ, ਅਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ, ਫਿਰ ਪਾ ਦੇਵਾਂਗੇ ਆਪਾਂ ਇਹਨੂੰ ਦੁੱਧ 'ਚ, ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ। ਇੱਧਰ ਆਪਾਂ ਨੇ ਦੁੱਧ ਗਰਮ ਧਰਤਾ,
ਅਤੇ ਵੈਸੇ ਤਾਂ ਇਹ ਉਬਲਿਆ ਹੋਇਆ ਵਾ ਦੁੱਧ, ਇਹਦੀ ਮੈਂ ਮਲਾਈ ਲਾ ਲਈ ਸੀਗੀ, ਅਤੇ ਇਹਦੇ 'ਚ ਹੀ ਆਪਾਂ ਪਾ ਦੇਵਾਂਗੇ ਸੇਵੀਆਂ। ਸੇਵੀਆਂ ਹਜੇ ਥੋੜ੍ਹਾ ਜਿਹਾ ਸੇਕ ਮੈਂ ਹੋਰ ਲਵਾਂਗੀ। ਜਦੋਂ ਪਰੌਂਚੀਆਂ ਹੋ ਗਈਆਂ ਥੋੜ੍ਹੀਆਂ ਹੀ, ਉਦੋਂ ਆਪਾਂ ਦੁੱਧ 'ਚ ਪਾਵਾਂਗੇ। ਐਂ ਵੀ ਬਹੁਤ ਸਵਾਦ ਬਣਦੀਆਂ ਸੇਵੀਆਂ। ਜੇ ਤੁਸੀਂ ਘਿਓ ਬਾਅਦ 'ਚ ਪਾਉਣਾ ਗਾ, ਵੈਸੇ ਹੀ ਭੁੰਨਣੀਆਂ, ਤੁਸੀਂ ਇਕੱਲੀਆਂ ਵੀ ਭੁੰਨ ਸਕਦੇ ਹੋਗੇ। ਅਤੇ ਥੋੜ੍ਹੇ ਜਿਹੇ ਪਾਵਾਂਗੇ ਆਪਾਂ ਬਦਾਮ ਅਤੇ ਦਾਖਾਂ। ਹਾਂਜੀ, ਦੁੱਧ ਵੀ ਆਪਣਾ ਗਰਮ ਹੋ ਗਿਆ ਅਤੇ ਆਪਣੀਆਂ ਸੇਵੀਆਂ ਵੀ ਭੁੱਜੀਆਂ ਬਰਾਉਨ ਹੋ ਗਈਆਂ। ਹੁਣ ਇਹ ਵੀ ਪਾ ਦੇਵਾਂਗੇ ਆਪਾਂ ਦੁੱਧ 'ਚ। ਹਾਂਜੀ, ਸੇਵੀਆਂ ਆਪਾਂ ਨੇ ਪਾ ਦਿੱਤੀਆਂ, ਨਾਲ ਹੀ ਪਾ ਦੇਵਾਂਗੇ ਆਪਾਂ ਕਾਜੂ, ਕਾਜੂ ਕਹੇ ਨੇ, ਬਦਾਮ ਅਤੇ ਦਾਖਾਂ। ਇਹ ਆਪਣੇ ਧੋਲੀਆਂ ਸੀਗੀਆਂ, ਦਾਖਾਂ ਚਿਪ ਚਿਪ ਜੇ ਕਰਨ ਲੱਗ ਜਾਂਦੀਆਂ ਪਈਆਂ ਪਈਆਂ, ਅਤੇ ਮੈਂ ਚਲੋ ਧੋ ਦਿੰਦੀ ਇਹਨਾਂ ਨੂੰ। ਅਤੇ ਨਾਲ ਹੀ ਪਾ ਦੂੰਗੀ ਆ ਖੰਡ, ਜਿੰਨੀ ਕੁ ਆਪਾਂ ਨੂੰ ਲੋੜ ਹੈ। ਅਤੇ 2 ਮਿੰਟਾਂ 'ਚ ਹੀ ਬਣ ਜਾਂਦੀਆਂ ਸੇਵੀਆਂ ਇਹ, ਅਤੇ ਖਾਣ 'ਚ ਵੀ ਬਹੁਤ ਸਵਾਦ ਲੱਗਦੀ। ਅਤੇ ਇੱਧਰ ਮੈਂ ਪਾ ਦੂੰਗੀ ਖੰਡ, ਖੰਡ ਕੱਟਣ ਵਾਲੀ ਸੀਗੀ। ਹਾਂਜੀ, ਖੰਡ ਆਪਾਂ ਨੇ ਕੱਢ ਲਈ ਸੀ। ਸੇਵੀਆਂ ਥੋੜ੍ਹੀਆਂ ਹੀ ਨਾ ਮਿੱਠੀਆਂ ਸਵਾਦ ਲੱਗਦੀਆਂ, ਤੁਸੀਂ ਇਹਨੂੰ ਠੰਡੀਆਂ ਕਰਕੇ ਵੀ ਖਾ ਸਕਦੇ ਹੋ, ਫਰਿੱਜ 'ਚ ਰਲਾ ਦਿਓ ਠਾਰ ਕੇ, ਅਤੇ ਤੁਸੀਂ ਐਂ ਵੀ ਖਾ ਸਕਦੇ ਹੋਗੇ। ਸੇਵੀਆਂ ਆਪਣੀਆਂ ਬਹੁਤ ਵਧੀਆ ਬਣਦੀਆਂ ਹੈ। ਹਾਂਜੀ, ਇੱਧਰ ਆਪਾਂ ਨੇ ਤੜਕਾ ਵੀ ਲਾ ਤਾ, ਅਤੇ ਇੱਧਰ ਜਿਹੜੀਆਂ ਆਪਣੀਆਂ ਸੇਵੀਆਂ ਵੀ ਬਣ ਕੇ ਤਿਆਰ। ਦੇਖੋ ਬਾਟੀ 'ਚ ਪਾ ਲਈਆਂ ਨਵੀਂ ਵਾਸਤੇ, ਨਵੀਂ ਨੂੰ ਦੇਖ ਲੈਂਦੀ ਹਾਂ। ਨਵੀਂ ਕਿਵੇਂ ਬਣੀਆਂ? ਬਹੁਤ ਵਧੀਆ। ਗ੍ਰੇਸੀ ਨੂੰ ਵੀ ਪਾਤੀਆਂ ਮੈਂ ਦੁੱਧ 'ਚ ਪਾ ਕੇ, ਦੁੱਧ ਦੀ ਕੌਲੀ ਭਰ ਕੇ ਨਾ, ਅਤੇ ਸੇਵੀਆਂ ਇਕੱਲੀਆਂ ਕੱਢ ਕੇ ਪਾਤੀਆਂ ਸੀ, ਉਹ ਵੀ ਖਾ ਕੇ ਹੱਟੀ ਹੈਗੀ। ਅਤੇ ਇੱਧਰ ਆਪਾਂ ਵੀ ਪਾ ਲਈਆਂ, ਮੈਂ ਕੌਲੇ 'ਚ ਪਾ ਲਈਆਂ, ਮੈਂ ਕਿਹਾ ਠੰਡੀਆਂ ਹੋ ਜਾਣਗੀਆਂ ਛੇਤੀ। ਕੂਲਰ 'ਚ ਪਾਵਾਂਗੇ ਅਸੀਂ ਪਾਣੀ ਹੁਣ, ਠੰਡਾ ਠੰਡਾ ਮੋਟਰ ਚਲਾ ਕੇ। ਅਤੇ ਆਹ ਜਿਹੜਾ ਪਰਦਾ ਹੈ, ਇਹਦੇ ਵਿੱਚ ਨਾ ਮੈਂ ਦਾਲ ਜਿਹੜੀ ਧੋਤੀ ਸੀ ਉਹ ਹੈਗੀ, ਮੈਂ ਇੱਕ ਵਾਰੀ ਹੋਰ ਧੁੱਪ ਲਵਾ ਦਾਂਗੀ, ਤਾਂ ਹੀ ਮੈਂ ਕੱਠੀ 'ਚ ਕਰਕੇ ਰੱਖ ਤੀ। ਗ੍ਰੇਸੀ ਮੈਂ ਆਖਿਆ ਡੈਡੀ ਆਇਆ ਨਹੀਂ ਗਾ, ਅਤੇ ਵਾਰ ਵਾਰ ਦੇਖੀ ਜਾਂਦੀ ਹੈ, ਗ੍ਰੇਸੀ ਡੈਡੀ ਕਿੱਥੇ ਆ? ਇਹਨੂੰ ਐਂ ਹੁੰਦਾ ਗਾ ਮੈਨੂੰ ਗੇੜਾ ਕਢਾ ਕੇ ਲਿਆਉਣਗੇ, ਹਾਏ ਮੈਂ ਕੱਪੜੇ ਵੀ ਲਾ ਕੇ ਲਿਆਉਣੇ ਹੈ, ਹਨੇਰਾ ਹੋ ਗਿਆ। ਡੈਡੀ ਆਇਆ ਨਹੀਂ ਗਾ, ਕਿੱਥੇ ਆ? ਵੀਡੀਓ ਬਣੀ ਜਾਂਦੀ ਹੈ ਤੂੰ ਦੰਦੀਆਂ ਹੀ ਨਾ ਵੱਢ। ਗ੍ਰੇਸੀ ਉਹ ਚੂਚੀ ਕੋਲ ਚੱਲੀਏ ਆਪਾਂ, ਚੂਚੀ ਕਿੱਥੇ ਆ? ਚੂਚੀ ਕਿੱਧਰ ਗਿਆ? ਚੂਚੀ ਕਿੱਥੇ ਆ? ਦੇਖ ਕੇ ਉਹ ਉੱਥੇ ਦੇਖ ਕੇ ਬਾਹਰ ਕੋਲ ਜਾ, ਦੇਖ ਕੇ ਦੇਖੀ ਮੈਨੂੰ ਕਹਿੰਦੀ ਤੂੰ ਦੇਖ ਕੇ। ਗ੍ਰੇਸੀ ਇੱਥੇ ਨਾ ਕੂਰੀ ਨੇ ਚੁੰਗੀ ਚੁੰਗੀ ਕਰੀ, ਜੇ ਇੱਥੇ ਚੁੰਗੀ ਕਰੀ ਇੱਥੇ, ਹਾਂ ਸੁੰਘਦੀ ਦੇਖੀ। ਚਲੋ ਪਾਣੀ ਪਾ ਕੇ ਕੂਲਰ 'ਚ, ਕੂਲਰ ਮੂਹਰੇ ਬੈਠੇਂਗੇ ਤੂੰ ਹੈਂ? ਹਾਂਜੀ, ਆਹ ਵਾਲੇ ਬੂਟੇ ਨਾ ਕੱਲ੍ਹ ਲਾਏ ਹੈਗੇ, ਇਹ ਤਾਂ ਬਹੁਤ ਸੋਹਣੇ ਫੁੱਲ ਨਿਕਲਦੇ ਹੈਗੇ। ਆਹ ਤਾਂ ਪਹਿਲਾਂ ਵਾਲਾ ਹੀ ਇੱਧਰ ਰੱਖਤਾ। ਅਤੇ ਟਮਾਟਰ ਨਾ, ਟਮਾਟਰਾਂ ਦਾ ਬੂਟਾ ਮੱਚਣ ਲੱਗ ਗਿਆ ਸੀ, ਤਾਂ ਕਰਕੇ ਫਿਰ ਇੱਧਰ ਕਰਤਾ ਇਹ।
ਕਿਉਂ ਫੁੱਲ ਤਾਂ ਬਹੁਤ ਲੱਗੇ ਆ, ਫਲ ਵੀ ਲੱਗ ਹੀ ਜਾਊਗਾ, ਕੁਛ ਲੱਗੇ ਵੀ ਹੈਗੇ, ਇੱਕ ਦੋ ਟਮਾਟਰ ਤਾਂ ਹਜੇ। ਇੱਕ ਬੂਟਾ ਆ ਸੀਗਾ ਕੱਲ ਆਪਾਂ ਨੇ ਵੀਡੀਓ ਉਦੋਂ ਬਣਾਈ ਨਹੀਂ ਸੀ ਜਦੋਂ ਬੂਟੇ ਲਾਏ ਆ, ਅਤੇ ਨਾਲੇ ਮੈਂ ਕਣਕ ਸਾਫ ਕਰਦੀ ਸੀ ਉਦੋਂ। ਹਾਂ ਹਾਂ ਬਾਹਰ ਆਉਣ ਆ ਜਾ, ਚਲੋ ਫਿਰ ਆਪਾਂ ਪਹਿਲਾਂ ਲਾ ਲਈਏ ਕੱਪੜੇ। ਹਾਂਜੀ, ਇੱਧਰ ਮੈਂ ਕੂਲਰ 'ਚ ਪਾਣੀ ਪਾਇਆ ਸੀ ਅਤੇ ਨਵੀਂ ਨੇ ਨਾ ਸਾਰੇ ਮੰਜੇ ਕੱਢ ਕੇ ਬਿਸਤਰੇ ਕਰਤੇ, ਹੈ ਨਾ, ਬੜੀ ਸਿਆਣੀ ਹੈ, ਕਦੇ ਕਦੇ ਸਿਆਣੀ ਬਹੁਤ ਬਣ ਜਾਂਦੀ ਹੈ। ਇੱਧਰ ਆਪਣੀ ਜਿਹੜੀ ਸਬਜ਼ੀ ਵੀ ਬਣ ਗਈ, ਗੈਸ ਮੈਂ ਬੰਦ ਕਰਤਾ, ਦੇਖੋ ਆਲੂ ਬੜੀਆਂ ਦੀ ਬਹੁਤ ਸਵਾਦ ਬਣਦੀ ਹੈ ਸਬਜ਼ੀ। ਹੁਣ ਮੈਂ ਬਣਾਉਂਗੀ ਰੋਟੀ।